ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਤੂੰ ਕੋਲ ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਕਰੀਨਾ ਦੂਰ ਚਰਨਾ ਤੋਂ, ਦੂਰ ਚਰਨਾ ਤੋਂ, ਇਹੋ ਅਰਦਾਸ ਮੇਰੇ ਸ਼ਹਿਨਸ਼ਾਹ। ਰੱਖੀ ਤੂੰ ਕੋਲ ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਤੇਰੀ ਸ਼ਰਨ ਗੁਰੂ ਦੁੱਖ ਹਰਨ ਗੁਰੂ, ਤੇਰੀ ਸ਼ਰਨ ਗੁਰੂ ਦੁੱਖ ਹਰਨ ਗੁਰੂ, ਮੈਂ ਦੁਆਰੇ ਤੇਰੇ ਤੇ ਆਇਆ ਤਰਨ ਗੁਰੂ, ਮੈਂ ਦੁਆਰੇ ਤੇਰੇ ਤੇ ਆਇਆ ਤਰਨ ਗੁਰੂ। ਕਰੀਨਾ ਦੂਰ ਚਰਨਾ ਤੋਂ, ਕਰੀਨਾ ਦੂਰ ਚਰਨਾ ਤੋਂ, ਇਹੋ ਅਰਦਾਸ ਮੇਰੇ ਸ਼ਹਿਨਸ਼ਾਹ। ਰੱਖੀ ਤੂੰ ਕੋਲ ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਕਰੋ ਮੇਰ ਸਾਈਆਂ ਦੇਵਾਂ ਮੈਂ ਦੁਹਾਈਆਂ, ਤਾਰ ਦਿਓ ਨਿਵਾਣੇ ਨੂੰ ਮਨੋ ਅਰਜੋਈਆਂ। ਕਰੀਨਾ ਦੂਰ ਚਰਨਾ ਤੋਂ, ਕਰੀਨਾ ਦੂਰ ਚਰਨਾ ਤੋਂ, ਇਹੋ ਅਰਦਾਸ ਮੇਰੇ ਸ਼ਹਿਨਸ਼ਾਹ।
ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਇਹੋ ਮੰਗਾਂ ਮੈਂ ਮੰਗ ਰਵੇ ਮੇਰੇ ਤੂੰ ਸੰਗ, ਬਾਣੀ ਤੇਰੀ ਮੈਂ ਸੁਣ ਕੇ ਦਾਤਾ ਹੋ ਜਾਵਾਂ ਆਨੰਦ, ਕਰੀ ਨਾ ਦੂਰ ਚਰਨਾ ਤੋਂ, ਕਰੀਨਾ ਦੂਰ ਚਰਨਾ ਤੋਂ, ਇਹੋ ਅਰਦਾਸ ਮੇਰੇ ਸ਼ਹਿਨਸ਼ਾਹ। ਰੱਖੀ ਤੂੰ ਕੋਲ ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਡਾਡੀ ਲੱਗੀ ਪਿਆਸ ਹੁਣ ਮਿਲਣੇ ਦੀ ਆਸ, ਮੈਨੂੰ ਗੁਰੂ ਜੀ ਗਰੀਬ ਨੂੰ ਦੇਣਾ ਧਰਵਾਸ, ਕਰੀ ਨਾ ਦੂਰ ਚਰਨਾ ਤੋਂ, ਕਰੀਨਾ ਦੂਰ ਚਰਨਾ ਤੋਂ, ਇਹੋ ਅਰਦਾਸ ਮੇਰੇ ਸ਼ਹਿਨਸ਼ਾਹ। ਰੱਖੀ ਤੂੰ ਕੋਲ ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਸਤਿਗੁਰੂ ਆਖ ਰਹੇ ਨੇ ਕਿ ਗੁਰਸਿੱਖਾ, ਜਦੋਂ ਤੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ ਨਾ, ਤਾਂ ਇਹੀ ਅਰਦਾਸ ਕਰਿਆ ਕਰਕੇ, ਸਤਿਗੁਰੂ ਮੈਨੂੰ ਆਪਣੇ ਚਰਨਾਂ ਦੇ ਪਾਸ ਰੱਖ ਲਓ, ਸਤਿਗੁਰੂ ਐਸੀ ਕਿਰਪਾ ਕਰੋ ਮੈਨੂੰ ਵਿਸਾਰ ਨਾ ਜਾਇਓ, ਮੈਨੂੰ ਵਿਸਰਿਓ ਨਾ, ਮੇਰੇ 'ਤੇ ਐਸੀ ਰਹਿਮਤ ਕਰੋ ਕਿ ਮੈਂ ਆਪ ਜੀ ਦੇ ਚਰਨਾਂ ਦੇ ਨਾਲ ਜੁੜਿਆ ਰਵਾਂ। ਐਸੀ ਅਰਦਾਸ, ਐਸੀ ਜੋਦੜੀ ਕੀਤੀ ਸੀ ਸਾਧ ਸੰਗਤ,
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਬਹਿਲੋ ਜੀ ਨੇ ਸਤਿਗੁਰੂ ਪਾਤਸ਼ਾਹ ਉਸ ਸਮੇਂ ਸਰੋਵਰ ਦੀ ਪੁਟਾਈ ਕਰਵਾ ਰਹੇ ਸਨ ਤੇ ਭਾਈ ਬਹਿਲੋ ਆਇਆ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਬੇਨਤੀ ਕੀਤੀ ਸਤਿਗੁਰੂ ਆਪਣੇ ਨਾਮ ਦੀ ਲਾਜ ਰੱਖੋ ਮੈਂ ਆਪ ਜੀ ਦੇ ਆਸਰੇ ਹੀ ਆਇਆ ਤੇ ਮੈਨੂੰ ਆਪਣੀ ਸੇਵਾ ਚ ਲਾ ਲਓ ਤੇ ਸਾਧ ਸੰਗਤ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭਾਈ ਬਹਿਲੋ ਜੀ ਦੀ ਇਹ ਪ੍ਰੇਮਮਈ ਬੇਨਤੀ ਸੁਣੀ ਤੇ ਆਖਿਆ ਕਿ ਸਿੱਖਾ ਜੇ ਤੇਰੇ ਮਨ ਦੇ ਵਿੱਚ ਸ਼ਰਧਾ ਹੈ ਨਾ ਤਾਂ ਸ਼ਰਧਾ ਨਾਲ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ ਸਿੱਖਾ ਸ਼ਰਧਾ ਹੀ ਭਗਤੀ ਦਾ ਮੂਲ ਹੈ ਇਸ ਕਰਕੇ ਸਭ ਤੋਂ ਪਹਿਲਾਂ ਸ਼ਰਧਾ ਧਾਰਨੀ ਚਾਹੀਦੀ ਹੈ ਫਿਰ ਸਾਰੇ ਮਨ ਬਾਛਤ ਫਲ ਪ੍ਰਾਪਤ ਹੋ ਜਾਂਦੇ ਨੇ ਪਾਤਸ਼ਾਹ ਨੇ ਆਖਿਆ ਤੇ ਉਸ ਨੂੰ ਭਾਈ ਬਹਿਲੋ ਨੂੰ ਇੱਟਾਂ ਦੇ ਆਵਿਆਂ ਤੇ ਕੰਮ ਤੇ ਲਾ ਦਿੱਤਾ ਤੇ ਸਾਧ ਸੰਗਤ ਜਿਸ ਤਰ੍ਹਾਂ ਹੋਰ ਮਜ਼ਦੂਰਾਂ ਨੂੰ ਦਿਹਾੜੀ ਮਿਲਦੀ ਸੀ ਨਾ ਉਹਨੂੰ ਵੀ ਦੇਣੀ ਕਰ ਦਿੱਤੀ ਪਾਤਸ਼ਾਹ ਜੀ ਦੀ ਆਗਿਆ ਅਨੁਸਾਰ ਭਾਈ ਬਹਿਲੋ ਬੜਾ ਪ੍ਰਸੰਨ ਹੋਇਆ ਤੇ ਹੋਰਨਾਂ ਸਿੱਖਾਂ ਨਾਲ ਮਿਲ ਕੇ ਸੇਵਾ ਕਰਨ ਲੱਗ ਪਏ ਸਾਰਾ ਦਿਨ ਸੇਵਾ ਕਰਨੀ ਤੇ ਸ਼ਾਮ ਨੂੰ ਜਦੋਂ ਰੋਟੀ ਦਾ ਸਮਾਂ ਹੋਣਾ ਤੇ ਸਿੱਖਾਂ ਦੇ ਡੇਰਿਆਂ ਤੋਂ ਪ੍ਰਸ਼ਾਦ ਮੰਗ ਕੇ ਖਾ ਲੈਂਦਾ ਰਾਤ ਨੂੰ ਆਰਾਮ ਕਰਨਾ ਸਵੇਰੇ ਫੇਰ ਕੰਮ ਤੇ ਲੱਗ ਜਾਣਾ ਇੱਕ ਦਿਨ ਐਸਾ ਹੋਇਆ ਭਾਈ ਬਹਿਲੋ ਨੇ ਸਿੱਖਾਂ ਤੋਂ ਪੁੱਛਿਆ ਕਿ ਗੁਰਸਿੱਖੋ ਮੇਰੀ ਡਿਊਟੀ ਸਤਿਗੁਰੂ ਪਾਤਸ਼ਾਹ ਨੇ ਇੱਟਾਂ ਦੇ ਆਵਿਆਂ ਤੇ ਲਾਈ ਹੈ ਤੇ ਮੈਨੂੰ ਦੱਸੋ ਇੱਟਾਂ ਕਿਸ ਚੀਜ਼ ਨਾਲ ਚੰਗੀਆਂ ਪੱਕਦੀਆਂ ਨੇ ਤਾਂ ਸਾਧ ਸੰਗਤ ਇੱਕ ਸਿੱਖ ਨੇ ਆਖਿਆ ਕਿ ਜੇਕਰ ਆਵੇ ਵਿੱਚ ਇੱਟਾਂ ਦੇ ਆਵੇ ਵਿੱਚ ਵਿਸਟਾ ਪਾਇਆ ਜਾਵੇ ਤਾਂ ਇੱਟਾਂ ਬੜੀਆਂ ਲਾਲ ਹੋ ਕੇ ਪੱਕਦੀਆਂ ਨੇ ਤਾਂ ਸਾਧ ਸੰਗਤ ਭਾਈ ਬਹਿਲੋ ਨੇ ਇਹ ਗੱਲ ਸੁਣੀ ਤੇ ਪਿੰਡ ਦੇ ਵਿੱਚੋਂ ਨਗਰ ਦੇ ਵਿੱਚੋਂ ਕੁਝ ਬੰਦਿਆਂ ਨੂੰ ਕੁਝ ਆਦਮੀਆਂ ਨੂੰ ਪ੍ਰੇਰ ਕੇ ਗੱਡੇ ਅੱਗੇ ਲਾ ਲਏ ਤੇ ਸਾਧ ਸੰਗਤ ਗੱਡਿਆਂ ਵਿੱਚ ਭਾਈ ਬਹਿਲੋ ਜੀ ਨੇ ਟੋਕਰੀਆਂ ਦੇ ਵਿੱਚ ਵਿਸਟਾ ਪਾਇਆ ਤੇ ਗੱਡਿਆਂ ਦੇ ਵਿੱਚ ਆਪ ਰੱਖ ਰਹੇ ਨੇ ਵਿਸਟਾ ਦੇ ਢੇਰਾਂ ਦੇ ਢੇਰ ਇੱਟਾਂ ਦੇ ਚੁਫੇਰੇ ਪਾ ਦਿੱਤੇ ਤਾਂ ਸਾਧ ਸੰਗਤ ਜਦੋਂ ਇੱਟਾਂ ਪੱਕ ਕੇ ਤਿਆਰ ਹੋਈਆਂ ਤਾਂ ਉਹਨਾਂ ਨੂੰ ਬਹੁਤ ਸੁੰਦਰ ਤੇ ਲਾਲ ਵੇਖ ਕੇ ਬਹਿਲੋ ਬੜਾ ਖੁਸ਼ ਹੋਇਆ ਜਦ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਬਹਿਲੋ ਦੀ ਅਣਥੱਕ ਤੇ ਨਿਸ਼ਕਾਮ ਸੇਵਾ ਦੇ ਕਾਰਨ ਇੱਟਾਂ ਇਤਨੀਆਂ ਚੰਗੀਆਂ ਪੱਕੀਆਂ ਵੇਖੀਆਂ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਭਾਈ ਬਹਿਲੋ ਸਭ ਤੋਂ ਪਹਿਲੋਂ
ਐਸੀ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਹੋਈ। ਲਿਖਿਆ ਕਿ ਇਹਨਾਂ ਬਚਨਾਂ ਨਾਲ ਭਾਈ ਬਹਿਲੋ ਦੀਆਂ ਵਿਸ਼ੇ ਵਾਸ਼ਨਾ ਨਾਸ਼ ਹੋ ਗਈ, ਮਨ ਨਿਰਮਲ ਹੋ ਗਿਆ। ਤੇ ਇੱਕ ਦਿਨ ਐਸਾ ਹੋਇਆ, ਲਾਂਗਰੀ ਨੇ ਪਾਤਸ਼ਾਹ ਨੂੰ ਆਖਿਆ, ਸਤਿਗੁਰੂ ਅੱਜ ਲੰਗਰ ਵਿੱਚ ਆਟਾ ਨਹੀਂ, ਲੰਗਰ ਤਿਆਰ ਨਹੀਂ ਹੋਇਆ, ਲੰਗਰ ਦੀ ਰਸਦ ਦਾ ਪ੍ਰਬੰਧ ਕਰਵਾ ਦਿਓ। ਤੇ ਪਾਤਸ਼ਾਹ ਨੇ ਸਿੱਖਾਂ ਨੂੰ ਆਖਿਆ ਕਿ ਗੁਰਸਿੱਖੋ, ਲੰਗਰ ਦੀ ਰਸਦ ਦਾ ਕੋਈ ਜਲਦੀ ਪ੍ਰਬੰਧ ਕਰੋ। ਤਾਂ ਸਾਧ ਸੰਗਤ ਭਾਈ ਬਹਿਲੋ ਉੱਠ ਖਲੋਤਾ, ਕਹਿੰਦਾ, ਸਤਿਗੁਰੂ ਜੋ ਮੈਨੂੰ ਆਪ ਮਜ਼ਦੂਰੀ ਦਿੰਦੇ ਰਹੇ ਹੋ ਨਾ, ਉਹ ਮੈਂ ਸਭ ਇਕੱਠੀ ਕਰਕੇ ਰੱਖੀ ਹੋਈ ਹੈ, ਹੁਕਮ ਕਰੋ ਉਸ ਦੀ ਰਸਦ ਲੈ ਕੇ ਲੰਗਰ ਦਰਿਆ ਤਿਆਰ ਕਰਵਾ ਦੇਵਾਂ। ਸਤਿਗੁਰੂ ਮੈਂ ਸਭ ਤੁਹਾਡਾ ਦਿੱਤਾ ਹੀ ਖਾਂਦਾ। ਤਾਂ ਪਾਤਸ਼ਾਹ ਨੇ ਆਖਿਆ ਕਿ ਹੇ ਭਾਈ ਬਹਿਲੋ, ਹੁਣ ਤੂੰ ਘਰ ਤੋਂ ਮੰਗ ਕੇ ਰੋਟੀ ਨਾ ਖਾਇਆ ਕਰ, ਹੁਣ ਲੰਗਰ ਤੋਂ ਭੋਜਨ ਕਰਿਆ ਕਰ। ਜਦ ਤੂੰ ਘਰਾਂ ਤੋਂ ਰੋਟੀ ਮੰਗ ਕੇ ਖਾਣ ਲੱਗਿਆ, ਵਾਹਿਗੁਰੂ ਆਖ ਕੇ ਸਾਨੂੰ ਗ੍ਰਾਹੀ ਅਰਪਦਾ ਹੈ, ਤਾਂ ਉਹ ਮੰਗਿਆ ਹੋਇਆ ਭੋਜਨ ਸਾਨੂੰ ਪ੍ਰਾਪਤ ਆਣ ਹੁੰਦਾ। ਹੁਣ ਤੂੰ ਮੰਗ ਕੇ ਖਾਣਾ ਛੱਡ ਦੇ, ਲੰਗਰ ਵਿੱਚੋਂ ਛਕਿਆ ਕਰ। ਤਾਂ ਸਾਧ ਸੰਗਤ ਭਾਈ ਬਹਿਲੋ ਨੇ ਹੁਕਮ ਮੰਨੇ। ਕਈ ਵਾਰ ਐਸਾ ਹੋਣਾ, ਭਾਈ ਬਹਿਲੋ ਬੜੇ ਪਿਆਰ ਨਾਲ ਸਰੋਵਰ ਵਿੱਚੋਂ ਮਿੱਟੀ ਦੇ ਟੋਕਰੇ ਭਰ ਭਰ ਕੇ ਬਾਹਰ ਸੁੱਟ ਦਿੰਦਾ, ਤੇ ਟੋਕਰੇ ਭਰਨ ਵਾਲਾ ਜਿੰਨੀ ਮਿੱਟੀ ਪਾ ਦਿੰਦਾ ਸੀ, ਭਾਈ ਬਹਿਲੋ ਓਨੀ ਚੁੱਕ ਕੇ ਲੈ ਜਾਂਦਾ। ਤੇ ਕਈ ਵਾਰ ਇਸ ਨੂੰ ਪਰਖਣ ਵਾਸਤੇ ਹਾਸੇ ਨਾਲ ਸਾਧ ਸੰਗਤ ਭਾਈ ਬਹਿਲੋ ਦੇ ਟੋਕਰੇ ਵਿੱਚ ਬਹੁਤ ਮਿੱਟੀ ਪਾ ਦਿੱਤੀ ਜਾਂਦੀ, ਇੰਨੀ ਮਿੱਟੀ ਪਾ ਦਿੱਤੀ ਜਾਂਦੀ ਕਿ ਦੋ ਤਿੰਨ ਆਦਮੀ ਟੋਕਰਾ ਚੁੱਕ ਕੇ ਇਸ ਦੇ ਸਿਰ ਤੇ ਰੱਖਦੇ। ਪਰ ਭਾਈ ਬਹਿਲੋ ਉਦੋਂ ਹੀ ਟੋਕਰੇ ਦੀ ਮਿੱਟੀ ਬਾਹਰ ਸੁੱਟ ਕੇ ਦੌੜ ਕੇ ਆ ਜਾਂਦਾ ਤੇ ਹੋਰ ਟੋਕਰਾ ਭਰਵਾ ਲੈਂਦਾ। ਹਰ ਸਮੇਂ ਗੁਰੂ ਪ੍ਰੇਮ ਵਿੱਚ ਮਗਨ ਰਹਿਣਾ ਬੋਲਦਾ ਬੜਾ ਥੋੜਾ ਸੀ, ਨਾ ਭੁੱਖ ਦੀ ਨਾ ਨੀਂਦ ਦੀ ਪ੍ਰਵਾਹ, ਸਦਾ ਹੀ ਗੁਰੂ ਪ੍ਰੇਮ ਅਤੇ ਤਨ ਨੂੰ ਗੁਰੂ ਕਾਰ ਵਿੱਚ ਲਾਈ ਰੱਖਦਾ ਸੀ ਭਾਈ ਬਹਿਲੋ। ਤੇ ਸਤਿਗੁਰਾਂ ਦੀ ਐਸੀ ਕਿਰਪਾ ਹੋਈ, ਉਹਦੀ ਸੇਵਾ ਪ੍ਰਵਾਨ ਹੋਈ। ਤੇ ਇੱਕ ਦਿਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਖੁਸ਼ ਹੋ ਕੇ ਆਖਿਆ, ਭਾਈ ਬਹਿਲੋ ਤੇਰੀ ਸੇਵਾ ਥਾਂ ਪੈ ਗਈ ਹੈ, ਮਾਲਕ ਨੇ ਪ੍ਰਵਾਨ ਕਰ ਲਈ ਹੈ, ਹੁਣ ਤੂੰ ਮੰਗ ਕੀ ਮੰਗਦਾ। ਤਾਂ ਸਾਧ ਸੰਗਤ ਭਾਈ ਬਹਿਲੋ ਕਹਿੰਦਾ, ਸਤਿਗੁਰੂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਐਸੀ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੋ, ਉਚਾਰਨ ਕਰੋ ਸ਼੍ਰੀ ਵਾਹਿਗੁਰੂ। ਕੋਈ ਧਨ ਦੌਲਤ ਨਹੀਂ ਮੰਗਿਆ, ਕਹਿੰਦਾ, ਸਤਿਗੁਰੂ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੋ, ਚਰਨਾਂ ਤੋਂ ਦੂਰ ਨਾ ਕਰਿਓ। ਤੇ ਐਸੀ ਕਿਰਪਾ ਕੀਤੀ ਸਾਧ ਸੰਗਤ, ਪਾਤਸ਼ਾਹ ਨੇ ਭਾਈ ਬਹਿਲੋ ਨੂੰ ਸਾਰੀਆਂ ਸ਼ਕਤੀਆਂ ਬਖਸ਼ ਦਿੱਤੀਆਂ। ਉਹ ਭਾਈ ਬਹਿਲੋ
ਜਿਸ ਦਾ ਪਿੰਡ ਮਾਲਵੇ ਦੇ ਵਿੱਚ ਫਫੜੇ ਪਾਈ ਕੇ ਜਿੱਥੇ ਅਸਥਾਨ ਬਣਿਆ ਹੋਇਆ ਤੇ ਲੋਕ ਜਾ ਕੇ ਸੇਵਾ ਕਰਦੇ ਨੇ, ਮਨੋਕਾਮਨਾ ਪੂਰਨ ਹੁੰਦੀਆਂ ਨੇ। ਉਹ ਭਾਈ ਬਹਿਲੋ ਜਿਸ ਤਰ੍ਹਾਂ ਉਸਨੇ ਆਖਿਆ ਸੀ ਨਾ, ਸਤਿਗੁਰੂ ਚਰਨਾਂ ਦੇ ਨਾਲ ਜੋੜੀ ਰੱਖੋ ਤੇ ਸਾਧ ਸੰਗਤ ਗੁਰਸਿੱਖੋ, ਆਪਾਂ ਵੀ ਇਹੋ ਅਰਦਾਸ ਕਰਿਆ ਕਰੀਏ ਕਿ ਸਤਿਗੁਰੂ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੋ, ਦੂਰ ਨਾ ਕਰਿਓ, ਆਪਣੇ ਸੀਨੇ ਨਾਲ ਲਾ ਕੇ ਰੱਖਿਓ। ਰੱਖੀ ਤੂੰ ਕੋਲ ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਰੱਖੀ ਤੂੰ ਕੋਲ ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਕਰੀਨਾ ਦੂਰ ਚਰਨਾ ਤੋਂ, ਕਰੀਨਾ ਦੂਰ ਚਰਨਾ ਤੋਂ, ਇਹੋ ਅਰਦਾਸ ਮੇਰੇ ਸ਼ਹਿਨਸ਼ਾਹ। ਰੱਖੀ ਤੂੰ ਕੋਲ ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਇੱਕ ਚੰਦਨ ਵਿਚਾਰਾ ਤੇਰੇ ਦਰ ਦਾ ਪਿਆਰਾ, ਤੇਰੇ ਬਿਨਾਂ ਨਾ ਵਾਹਿਗੁਰੂ ਉਹਦਾ ਕੋਈ ਸਹਾਰਾ। ਕਰੀਨਾ ਦੂਰ ਚਰਨਾ ਤੋਂ, ਕਰੀਨਾ ਦੂਰ ਚਰਨਾ ਤੋਂ, ਇਹੋ ਅਰਦਾਸ ਮੇਰੇ ਸ਼ਹਿਨਸ਼ਾਹ। ਰੱਖੀ ਤੂੰ ਕੋਲ ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਸਾਧ ਸੰਗਤ ਐਸੀ ਅਰਦਾਸ
ਇੱਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੇਵਕ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਬੁੱਧੂ ਆਇਆ। ਕੰਮ ਕੀ ਕਰਦਾ ਸੀ? ਲਾਹੌਰ ਦੇ ਵਿੱਚ ਇੱਟਾਂ ਅਤੇ ਕੱਚੇ ਭਾਂਡਿਆਂ ਦੇ ਆਵੇ ਚਾੜਨ ਦਾ ਕੰਮ ਕਰਦਾ ਸੀ ਤੇ ਭਾਈ ਬੁੱਧੂ ਆਪਣੀ ਧਰਮ ਦੀ ਕਿਰਤ ਵਿੱਚੋਂ ਆਏ ਗਏ ਸਿੱਖਾਂ ਦੀ ਬੜੀ ਸੇਵਾ ਕਰਿਆ ਕਰਦਾ ਸੀ। ਹਰ ਇੱਕ ਕੰਮ ਸਤਿਗੁਰੂ ਪਾਤਸ਼ਾਹ ਜੀ ਦੇ ਭਰੋਸੇ ਤੇ ਕਰਦਾ ਸੀ। ਇੱਕ ਵਾਰ ਭਾਈ ਬੁੱਧੂ ਨੇ ਸ਼ਾਹੂਕਾਰ ਤੋਂ ਕਰਜ਼ਾ ਲਿਆ ਹੈ ਤੇ ਬਹੁਤ ਵੱਡਾ ਆਵਾ ਚਾੜਿਆ। ਜਦੋਂ ਇੱਟਾਂ ਦੀ ਚਿਣਾਈ ਆਵੇ ਵਿੱਚ ਹੋ ਗਈ ਤਾਂ ਉਸ ਨੂੰ ਅੱਗ ਦੇਣ ਤੋਂ ਪਹਿਲਾਂ ਭਾਈ ਬੁੱਧੂ ਸਤਿਗੁਰੂ ਜੀ ਤੋਂ ਆਵੇ ਦੇ ਪੱਕਣ ਵਾਸਤੇ ਆਸ਼ੀਰਵਾਦ ਲੈਣ ਵਾਸਤੇ ਅੰਮ੍ਰਿਤਸਰ ਆਇਆ ਤਾਂ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਬੈਠੇ ਸਨ, ਦੀਵਾਨ ਲੱਗਿਆ ਹੋਇਆ ਸੀ, ਸੰਗਤ ਆਪ ਜੀ ਦੇ ਆਸ ਪਾਸ ਬੈਠੀ ਸੀ ਤੇ ਰਬਾਬੀ ਕੀਰਤਨ ਕਰ ਰਹੇ ਸਨ। ਭਾਈ ਬੁੱਧੂ ਨੇ ਪਾਤਸ਼ਾਹ ਦੇ ਚਰਨਾਂ ਤੇ ਭੇਟਾ ਰੱਖੀ, ਮੱਥਾ ਟੇਕਿਆ ਤੇ ਬੁੱਧੂ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਸਤਿਗੁਰੂ ਕਿਰਪਾ ਕਰੋ, ਰਹਿਮਤ ਕਰੋ, ਮੇਰਾ ਆਵਾ ਬਹੁਤ ਚੰਗਾ ਪੱਕ ਜਾਵੇ। ਤਾਂ ਸਾਧ ਸੰਗਤ ਪਾਤਸ਼ਾਹ ਨੇ ਆਖਿਆ ਹੈ ਕਿ ਭਾਈ ਬੁੱਧੂ ਸਿੱਖਾਂ ਦੀ ਸੇਵਕਾਂ ਦੀ ਮਨ ਲਾ ਕੇ ਸੇਵਾ ਕਰੋ, ਇੱਟਾਂ ਬਹੁਤ ਚੰਗੀਆਂ ਪੱਕ ਜਾਣਗੀਆਂ। ਨਮਸਕਾਰ ਕੀਤੀ, ਵਾਪਸ ਆ ਗਏ ਤੇ ਸਾਧ ਸੰਗਤ ਆਵੇ ਨੂੰ ਅਗਨੀ ਦੇ ਦਿੱਤੀ। ਜਦ ਕੁਝ ਦਿਨਾਂ ਬਾਅਦ ਬੁੱਧੂ ਨੇ ਆਵੇ ਦੀ ਮੂਰੀ ਖੋਲ ਕੇ ਵੇਖਿਆ ਤਾਂ ਇੱਟਾਂ ਬਹੁਤ ਚੰਗੀਆਂ ਪੱਕੀਆਂ ਹੋਈਆਂ ਸਨ। ਭਾਈ ਬੁੱਧੂ ਨੇ ਇਸ ਖੁਸ਼ੀ ਵਿੱਚ ਸਿੱਖਾਂ ਨੂੰ ਪ੍ਰਸ਼ਾਦ ਛਕਾਉਣ ਵਾਸਤੇ ਲੰਗਰ ਤਿਆਰ ਕੀਤਾ, ਰਬਾਬੀਆਂ ਤੋਂ ਕੀਰਤਨ ਕਰਵਾਇਆ, ਅਰਦਾਸ ਹੋਈ, ਭੋਜਨ ਵਰਤਾਇਆ ਤੇ ਸਾਧ ਸੰਗਤ ਜਦੋਂ ਸਿੱਖ ਸੰਗਤਾਂ ਭੋਜਨ ਛਕ ਕੇ ਤ੍ਰਿਪਤ ਹੋ ਗਈਆਂ ਤਾਂ ਪਿੱਛੋਂ ਇੱਕ ਹੋਰ ਸਿੱਖ ਆ ਗਏ ਤੇ ਉਹ ਸਿੱਖ ਕਹਿੰਦਾ ਕਿ ਭਾਈ ਬੁੱਧੂ ਤੁਸੀਂ ਗੁਰੂ ਨਿਮਿੱਤ ਲੰਗਰ ਕੀਤਾ ਹੈ, ਮੈਨੂੰ ਵੀ ਭੁੱਖ ਲੱਗੀ ਹੈ ਤੇ ਦਿਓ। ਪਰ ਭਾਈ ਬੁੱਧੂ ਕਹਿੰਦਾ ਕਿ ਜੇ ਪਹਿਲਾਂ ਆ ਜਾਂਦਾ ਨਾ ਤਾਂ ਛਕ ਲੈਂਦਾ, ਹੁਣ ਤਾਂ ਭੰਡਾਰਾ ਵਰਤ ਚੁੱਕੇ ਹੈ। ਇੰਨੇ ਨੂੰ ਸੰਗਤ ਨੇ ਹੱਥ ਧੋ ਲਏ, ਅਰਦਾਸ ਕੀਤੀ ਕਿ ਹੇ ਸਤਿਗੁਰੂ, ਤੇਰੇ ਸਿੱਖ ਬੁੱਧੂ ਨੇ ਸਿੱਖਾਂ ਨੂੰ ਭੋਜਨ ਛਕਾ ਕੇ ਬਹੁਤ ਪ੍ਰਸੰਨ ਕੀਤਾ ਹੈ, ਇਸ ਦਾ ਆਵਾ ਬਹੁਤ ਚੰਗਾ ਪੱਕਾ ਨਿਕਲੇ। ਜਦ ਇਹ ਅਰਦਾਸ ਪਿੱਛੋਂ ਆਉਣ ਵਾਲੇ ਸਿੱਖ ਭਾਈ ਲੱਖੂ ਨੇ ਬਾਹਰ ਖੜੇ ਹੋ ਕੇ ਸੁਣੀ ਤਾਂ ਸਾਧ ਸੰਗਤ ਉਹ ਉੱਚੀ ਉੱਚੀ ਬੋਲ ਰਿਹਾ, ਕਹਿੰਦਾ ਸਤਿਗੁਰੂ ਬੁੱਧੂ ਦਾ ਆਵਾ ਕੱਚਾ ਰਹੇ, ਇਸ ਨੇ ਇੱਕ ਲੋੜਵੰਦ ਸਿੱਖ ਨੂੰ ਭੋਜਨ ਨਹੀਂ ਛਕਾਇਆ, ਇਸ ਦਾ ਆਵਾ ਕੱਚਾ ਹੀ ਰਹੇ। ਲੱਖੂ ਦੀ ਗੱਲ ਸੁਣੀ
ਭਾਈ ਬੁੱਧੂ ਨੇ ਫਿਰ ਕਹਿੰਦਾ ਤੂੰ ਕਿੱਥੋਂ ਨਵਾਂ ਸਿੱਖ ਆ ਗਿਆ, ਮੇਰਾ ਆਵਾ ਪੱਕਣ ਵਾਸਤੇ ਤਾਂ ਸਤਿਗੁਰਾਂ ਨੇ ਬਚਨ ਕੀਤਾ, ਮੇਰਾ ਆਵਾ ਕੱਚਾ ਨਹੀਂ ਰਹਿ ਸਕਦਾ। ਭਾਈ ਲੱਖੂ ਆ ਕੇ ਤੁਰ ਗਿਆ। ਸਾਧ ਸੰਗ ਜਦ ਦੂਸਰਾ ਦਿਨ ਹੋਇਆ ਹੈ ਨਾ, ਤਾਂ ਭਾਈ ਬੁੱਧੂ ਨੇ ਆਵੇ ਦੀਆਂ ਇੱਟਾਂ ਕੱਢ ਕੇ ਵੇਖੀਆਂ ਤਾਂ ਸਭ ਕੱਚੀਆਂ ਪਿੱਲੀਆਂ ਨਿਕਲੀਆਂ। ਬੜਾ ਘਬਰਾਇਆ, ਪਾਤਸ਼ਾਹ ਦੇ ਚਰਨਾਂ ਤੇ ਆਇਆ, ਕਹਿੰਦਾ ਸਤਿਗੁਰੂ ਆਪ ਜੀ ਦੇ ਵਚਨ ਅਨੁਸਾਰ ਮੈਂ ਸੰਗਤ ਦੀ ਸੇਵਾ ਕੀਤੀ ਸੀ, ਆਵਾ ਕੱਚਾ ਨਿਕਲਿਆ, ਸ਼ਾਹੂਕਾਰ ਨੂੰ ਉਸਦਾ ਰੁਪਇਆ ਵਾਪਸ ਕਿੱਥੋਂ ਦਿਆਂਗਾ। ਤੇ ਪਾਤਸ਼ਾਹ ਨੇ ਆਖਿਆ ਕਿ ਸਿੱਖਾ ਤੇਰੇ ਪਾਸੋਂ ਇੱਕ ਸਿੱਖ ਉਖਾ ਗਿਆ, ਉਸਦਾ ਦੋਸ਼ ਤੈਨੂੰ ਲੱਗਿਆ, ਤੂੰ ਵਿਚਾਰ ਕਰਕੇ ਵੇਖ ਲੈ। ਤਾਂ ਭਾਈ ਬੁੱਧੂ ਮੰਨ ਗਏ। ਤਾਂ ਸਾਧ ਸੰਗਤ ਸਤਿਗੁਰੂ ਕਿਰਪਾ ਨਿਧਾਨ ਸਭ ਸ਼ਕਤੀਮਾਨ ਭਾਈ ਬੁੱਧੂ ਨੂੰ ਚਿੰਤਾ 'ਚ ਵੇਖਿਆ ਤੇ ਕਹਿੰਦੇ ਭਾਈ ਬੁੱਧੂ ਤੇਰੇ ਪਾਸੋਂ ਭਾਵੇਂ ਭੁੱਲ ਹੋਈ ਹੈ, ਇਹ ਤੇਰੇ ਪਾਸੋਂ ਗਲਤੀ ਹੋਈ ਹੈ, ਪਰ ਜਾ ਉਸ ਸਿੱਖ ਦਾ ਵੀ ਬਚਨ ਆਖਿਆ ਸੱਚ ਹੋਵੇਗਾ, ਤੇ ਜਾ ਭਾਵੇਂ ਤੇਰੇ ਆਵੇ ਵਿੱਚੋਂ ਇੱਟਾਂ ਕੱਚੀਆਂ ਨਿਕਲੀਆਂ ਨੇ ਪਰ ਪੱਕੀਆਂ ਦੇ ਭਾਵ ਵਿਖ ਜਾਣਗੀਆਂ। ਲਾਹੌਰ ਆ ਗਏ। ਐਸਾ ਕਾਰਨ ਬਣਿਆ ਬਹੁਤ ਵਰਖਾ ਹੋਣ ਕਰਕੇ ਸ਼ਾਹੀ ਠੇਕੇਦਾਰਾਂ ਨੂੰ ਸ਼ਾਹੀ ਕਿਲੇ ਦੀ ਨੀਂਹ ਭਰਨ ਵਾਸਤੇ ਜਦ ਸਾਧ ਸੰਗਤ ਕੋਈ ਹੋਰ ਇੱਟ ਨਾ ਮਿਲੀ ਤਾਂ ਉਹਨਾਂ ਨੇ ਬੁੱਧੂ ਨੂੰ ਸੱਦ ਕੇ ਕੱਚੀਆਂ ਇੱਟਾਂ ਪੱਕੀਆਂ ਦੇ ਭਾਅ ਲੈ ਲਈਆਂ। ਉਚਾਰਨ ਕਰੋ ਸ਼੍ਰੀ ਵਾਹਿਗੁਰੂ। ਸਾਰਾ ਕਰਜ਼ ਵੀ ਉਤਰ ਗਿਆ ਤੇ ਨਫਾ ਵੀ ਹੋ ਗਿਆ। ਫਿਰ ਪਹੁੰਚਿਆ ਪਾਤਸ਼ਾਹ ਦੇ ਚਰਨਾਂ 'ਚ, ਕਹਿੰਦਾ ਸਤਿਗੁਰੂ ਐਸੀ ਕਿਰਪਾ ਕਰੋ, ਐਸੀ ਪ੍ਰੀਖਿਆ ਵਿੱਚ ਨਾ ਪਾਇਆ ਕਰੋ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਕਰੋ ਕਿ ਤੁਹਾਡਾ ਸਿੱਖ ਤੁਹਾਡਾ ਸੇਵਕ ਡੋਲੇ ਨਾ, ਤੁਹਾਡੇ ਦੱਸੇ ਹੋਏ ਰਸਤੇ 'ਤੇ ਚੱਲਦਾ ਰਵੇ, ਕਿਰਪਾ ਕਰਕੇ ਚਰਨਾਂ ਨਾਲ ਜੋੜੀ ਰੱਖਿਆ ਕਰੋ। ਰੱਖੀ ਤੂੰ ਕੋਲ ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ, ਰੱਖੀ ਤੂੰ ਕੋਲ ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਕਰੀਨਾ ਦੂਰ ਚਰਨਾ ਤੋਂ, ਕਰੀਨਾ ਦੂਰ ਚਰਨਾ ਤੋਂ, ਇਹੋ ਅਰਦਾਸ ਮੇਰੇ ਸ਼ਹਿਨਸ਼ਾਹ। ਰੱਖੀ ਤੂੰ ਕੋਲ
ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਕਰੀਨਾ ਦੂਰ ਚਰਨਾ ਤੋਂ, ਕਰੀਨਾ ਦੂਰ ਚਰਨਾ ਤੋਂ, ਇਹੋ ਅਰਦਾਸ ਮੇਰੇ ਸ਼ਹਿਨਸ਼ਾਹ। ਕੋਲ ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਰੱਖੀ ਤੂੰ ਕੋਲ ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਰੱਖੀ ਤੂੰ ਕੋਲ ਚਰਨਾ ਦੇ, ਮੈਂ ਚਰਨਾ ਦੀ ਧੂੜ ਸੱਚੇ ਪਾਤਸ਼ਾਹ। ਰੱਖੀ ਤੂੰ ਕੋ